इस चीज की मैं इनकवायरी लवाई थी कि जाके मौके पर वेख के भी इन्होंने साफ दवाया जाए, पर यह इनकवायरी तो मैं उत्थे गई तो इन्होंने मेरा झोना वाह दिता जी, मगरों मौके पर वेख सकते मेरा झोना वाया हो तीन ट्रैक्टर आ गए जी मौके पर। इस माता ने यह वड्डा कदम चक्या, हार के चक्या यह कदम, पेट्रोल दी बोतल लैके टैंकी दे उत्ते चढ़ी है, क्योंकि इस माता दी दो वराई पहला भी इहदे नाल इह हरकत हो गई है कि इन्हां दी जिहड़ी फसल वाही गई है खराब कीती गई है, ते पुलिस ने कुछ भी कोई एक्शन नहीं लिया, इस करके इस माता नूं इह कदम चकना पिया। हुण पुलिस इस दीआं मिहनतां करदा कि बीबी जी थल्ले आ जाओ, माता जी थल्ले आ जाओ कि असीं तुहानूं सुणदे आ ते तुहाडे बारे कारवाई करदी आ। माता दी इह जैदा है कि मैं उन्ना चिर थल्ले नहीं आवांगी जिन्ना चिर मेरी जिहड़ी मैनूं इनसाफ नहीं मिलदा गा। हुण आपां वेखना इह आ कि इनसाफ माता नूं पुलिस किस यकीन ते दवा रही है, आपां सुणदे आ अगे। ਮੇਰੀ ਝੋਨਾ ਵਾਇਆ, ਮੈਂ ਆਪਦਾ ਹੱਕ ਵਾਇਆ, ਮੇਰਾ ਹੱਕ ਹੀ ਖੋਈ ਜਾਂਦੇ। ਕੌਣ ਬੰਦੇ ਜਿਹੜੇ? ਹਰਪਾਲ ਸਿੰਘ। ਕੀ ਲੱਗਦੇ ਸਰ? ਮੇਰਾ ਭਰਾ ਹੈ ਜਗਜੀਤ ਸਿੰਘ, ਮੇਰਾ ਭਤੀਜਾ ਹੈ ਏਕਮ ਸਿੰਘ, ਜਗ ਮੇਰਾ ਪੋਤਰਾ ਹੈ ਤੈ ਸਿੰਘ, ਵੀ ਮੇਰਾ ਭਰਾ ਹੈ। ਕਾਰਨ ਕੀ ਕਿਉਂ ਫੂ ਰਹੇ ਆ? ਕਾਰਨ ਕੀ ਹੈ? ਮੇਰੇ ਧੱਕੇ ਨੇ ਹੋ ਰਿਹਾ, ਮੈਂ ਆਪਦਾ ਹਿੱਸਾ ਕੋਈ ਮਰਲਾ ਘੱਟ ਵਾਈ ਹੈ ਹਿੱਸੇ ਆਉਂਦਿਆਂ, ਜਿੰਨਾ ਮੇਰਾ ਕਮਾਉਂਦਾ ਉਨਾ ਮੈਂ ਪਾਇਆ, ਮੇਰਾ ਤਿੰਨ ਵਾਰੀ ਇੰਨਾ ਝੋਨਾ ਵਾਹ ਤਾ, ਮੈਂ ਬਹੁਤ ਤੰਗ ਆਇਆ ਪਿਆ, ਮੈਂ ਇੰਨਾ ਖਰਚਾ ਕਿੱਥੋਂ ਲਿਆ, ਮੈਂ ਤਿੰਨ ਵਾਰੀ ਲਾਬੀ ਦੇ ਚੁੱਕਾ, ਤਿੰਨ ਵਾਰੀ ਮੈਂ ਖਰਚਾ ਕਰ ਚੁੱਕਾ। ਕਣਕ ਵੱਢ ਕੇ ਤੂੜੀ ਬਣਾ ਕੇ ਵਾਹ ਕੇ ਸਾਰਾ ਕੁਝ ਆਪਦਾ, ਮੇਰੀ 9 ਸਾਲ ਤੋਂ ਮੇਰੀ ਪੈਸੇ ਮੈਂ ਆਪਦਾ ਕਬਜ਼ਾ ਕੀਤਾ, ਤੇ ਇਹ ਨਾ ਮੇਰੀ ਪਹਿਲੇ ਰਾਤ ਬਣਾਤੇ ਉੱਠ ਕੇ 1 ਵਜੇ ਮਤ ਕੋਈ ਨੀ, ਸਾਡਾ ਹੱਲ ਹੀ ਕੋਈ ਨੀ, ਜਦੋਂ ਸਾਡੀ ਕੋਈ ਸੁਣਾਈ ਨੀ ਕਰਦਾ, ਮਰਨ ਹੀ ਰਹਿ ਗਿਆ, ਮਰਨ ਤੋਂ ਬਿਨਾਂ ਹੀ ਜਿਉਂਦੇ ਰਹੇ ਨੀ। ਜਦੋਂ ਸਾਡਾ ਹੱਕ ਹੀ ਖੋਈ ਤੁਰਿਆ ਜਾਂਦਾ, ਸਾਡਾ ਆਪਦਾ ਹੱਕ ਬਣਦਾ, ਜਾਇਦਾਦ ਦਾ ਮੈਂ ਮਾਲਕ ਆਪਦੀ ਜਿੰਨੀ ਉਨੀ ਵਾਹੀ ਆ, ਮੇਰਾ ਹੱਕ ਆਪਦੇ ਹੁੰਦਾ ਵੀ ਮੇਰਾ ਖੋਇਆ ਜਾਂਦਾ, ਤੇ ਮੈਂ ਜੇ ਕਿਸੇ ਦਾ ਕੀ ਕਰਨਾ। ਸਰਬਜੀਤ ਆ ਜੀ ਮੇਰਾ ਨਾਂ। ਕਿਹੜੇ ਪਿੰਡ ਦੇ ਰਹਿਣ ਵਾਲੇ? ਧਰਮ ਸਿੰਘ ਵਾਲੇ ਦੇ ਰਹਿਣ ਵਾਲੇ ਆ ਜੀ। ਅੱਜ ਟੈਂਕੀ ਤੇ ਚੜ੍ਹਿਆ, ਕਿਉਂ ਚੜ੍ਹਨਾ ਪਿਆ ਟੈਂਕੀ ਤੇ? ਕੀ ਕਾਰਨ ਕੀ ਹੈ ਜੀ, ਐਡੀ ਕਿਹੜੀ ਸਮੱਸਿਆ ਆ ਗਈ? ਸਾਡੀ ਜੀ ਅੰਜ ਧਰਮ ਸਿੰਘ ਵਾਲੇ ਮੇਰਾ ਪਿੰਡ ਆ, ਸ਼ੈਲਰ ਦੇ ਨਾਲ ਮੇਰੀ ਜ਼ਮੀਨ ਆ, ਮਾੜੀ ਹੋਣ ਕਰਕੇ ਸਾਨੂੰ ਦਿੱਤੀ ਸੀ ਪਹਿਲਾਂ, ਬਾਅਦ ਦੇ ਵਿੱਚ ਹੁਣ ਮਹਿੰਗੀ ਹੋਣ ਕਰਕੇ ਵੇਚਦੇ ਸੀ, ਮੈਂ ਰੋਕਿਆ, ਮੇਰੀ ਖੰਭਿਆਂ 'ਚ ਜ਼ਮੀਨ ਆ, ਅਸੀਂ ਅੱਜ ਨਕਵਾਰੀ ਸੀ ਸਾਡੀ, ਮੋਗੇ ਗਏ ਹੋਏ ਸਾਂ, ਸਾਡਾ ਮਗਰੋਂ ਇਹਨਾਂ ਨੇ ਝੋਨਾ ਵਾਹ ਦਿੱਤਾ ਹੈ, 2 ਵਾਰੀ ਸਾਡਾ ਝੋਨਾ ਪਹਿਲਾਂ ਵਾਹਿਆ, ਸਾਡਾ ਰਾਤ ਨੂੰ ਵਾਹ ਦਿੰਦੇ ਸੀ, ਅੱਜ ਹੁਣ ਜਦੋਂ ਅਸੀਂ ਉੱਥੇ ਗਏ ਨਕਵਾਰੀ ਵਿੱਚ, 3 ਟਰੈਕਟਰ ਲੈ ਕੇ ਮੇਰੇ ਜੇਠਾ ਨੇ, ਹਰਪਾਲ ਸਿੰਘ ਨੇ, ਬਲਜਿੰਦਰ ਸਿੰਘ ਨੇ, ਅਤੇ ਨਾਲ ਏਕਮਜੀਤ ਸਿੰਘ ਨੇ, ਟਹਿਲ ਸਿੰਘ ਨੇ, ਇਹਨਾਂ ਨੇ ਮੇਰਾ ਝੋਨਾ ਵਾਹ ਦਿੱਤਾ ਜੀ, ਅਤੇ ਮੈਂ ਉੱਥੇ ਗਈ ਹੋਈ ਸਾਂ, ਪਰ ਅੱਜ ਮੈਂ ਮਰ ਜੂੰਗੀ, ਤੇਲ ਪਾ ਕੇ ਮੈਂ ਸੂਸਾਈਡ ਕਰ ਲੈਣਾ, ਮੈਂ ਪੱਤਰ ਮੇਰੇ ਜ਼ਿੰਮੇਵਾਰ ਇਹੀ ਹੋਣਗੇ, ਹੋਰ ਮੇਰਾ ਕੋਈ ਵੀ ਜ਼ਿੰਮੇਵਾਰ ਨਹੀਂ ਹੋਊਗਾ, ਮੇਰੀ ਪੰਚਾਇਤ ਵਿੱਚ ਵੀ ਕੋਈ ਸੁਣਾਈ ਨਹੀਂ ਹੋਏਗੀ, ਨਾ ਮੇਰੀ ਕੋਈ ਮੈਂਬਰ ਪੰਚਾਇਤਾਂ ਨੇ, ਮਹਿਲ ਸਿੰਘ ਅਤੇ ਜਿਹੜੇ ਜਰਨੈਲ ਸਿੰਘ ਆ, ਇਹ ਜੀ ਸਾਡੇ ਘਰ ਪੂਰੇ ਸਾਨੂੰ ਲੜਾ ਲੜਾ ਮਾਰਦੇ ਆ, ਉੱਧਰੋਂ ਜੀ ਮਹਿਕਮੇ ਵਾਲੀ ਜਿਹੜੀ ਸਾਡੇ ਇਨਸਾਫ ਸੁਣਨ ਕੋਈ ਨਹੀਂ ਮਿਲਿਆ ਗਾ, ਜੂਨੀਅਰ ਦੇ ਬੰਦੇ ਆ ਉਹ ਵੀ ਸਾਡੇ ਨਾਲ ਬਹੁਤ ਹੀ ਧੱਕਾ ਕਰਾਉਂਦੇ ਪਏ, ਇਹਨਾਂ ਦੇ ਕੋਲੋਂ ਸਤਨਾਮ ਪੰਨੂ ਦੀ ਪਾਰਟੀ ਦੇ ਬੰਦੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਗਿਆ ਜੀ, ਅੱਜ ਮੈਂ ਟੈਂਕੀ ਤੋਂ ਨਹੀਂ ਉਤਰੂੰਗੀ, ਜਿੰਨਾ ਚਿਰ ਮੈਨੂੰ ਇਨਸਾਫ ਨਹੀਂ ਮਿਲੂਗਾ ਮੈਂ ਇੱਥੇ ਮਰ ਜਾਊਂਗੀ, ਮੈਨੂੰ ਖਾਣ ਵਾਸਤੇ ਕੁਛ ਨਹੀਂ ਕਰੋ ਲੱਭਦਾ ਪਿਆ ਗਾ, ਮੈਂ ਮਾੜੀ ਜ਼ਮੀਨ 'ਚ 35 ਸਾਲ ਕੱਟੇ ਸੀ, 9 ਸਾਲ ਦੀ ਮੈਂ ਚੰਗੀ ਜ਼ਮੀਨ ਤਬਾਦਲਾ ਕੀਤਾ ਸੀ ਆਪਣੇ ਦਿਓਰ ਦੇ ਨਾਲ, ਉਹ ਮੇਰਾ ਹੱਕ ਖੋਣਾ ਚਾਹੁੰਦੇ ਆ, ਮੈਨੂੰ ਇਹ ਛੱਡਦੇ ਨਹੀਂ ਗੇ ਘਰੇ ਬੈਠੀ ਨੂੰ ਵੀ, ਅੱਜ ਨਕਵਾਰੀ ਦਾ ਮੈਨੂੰ ਡਰ ਨਹੀਂ ਪਿਆ, ਮੈਂ ਉੱਥੇ ਗਈ ਸੀ, ਇਹਨਾਂ ਨੇ ਮੈਨੂੰ ਉੱਧਰ ਭੇਜ ਕੇ ਪਿੱਛੋਂ ਮੇਰੀ ਪੈਲੀ ਦਾ ਝੋਨਾ ਵਾਹ ਦਿੱਤਾ ਜੀ। ਤੇ ਪ੍ਰਸ਼ਾਸਨ ਨੂੰ ਦੱਸਿਆ ਨਹੀਂ ਤੁਸੀਂ? ਪ੍ਰਸ਼ਾਸਨ ਨੂੰ ਦੱਸਣ ਦਾ ਫਰਜ਼ ਬਣਦਾ ਹੀ ਤੁਹਾਡਾ? ਬਹੁਤ ਜੀ ਦਰਖਾਸ਼ਾਂ ਕੀਤੀਆਂ ਨੇ, ਪਹਿਲਾਂ ਜਦੋਂ ਮੈਂ ਕਣਕ ਆਪਦੀ ਬੀਜੀ ਸੀ, ਵੱਢੀ ਸੀ, ਮੇਰੇ ਬੱਚੇ ਨੇ ਪੈਲੀ ਵਾਹੀ ਸੀ, ਉਦੋਂ ਵੀ ਰਾਤ ਨੂੰ ਇਹਨਾਂ ਨੇ ਪੱਠਿਆਂ ਦਾ ਛੱਟਾ ਦੇ ਕੇ ਵੱਟਾਂ ਪਾ ਦਿੱਤੀਆਂ, ਮੈਂ ਦਰਖਾਸ਼ ਕੀਤੀ ਸੀ, ਉਦੋਂ ਵੀ ਸਾਡੀ ਕੋਈ ਸੁਣਵਾਈ ਅੰਸ ਪ੍ਰਸ਼ਾਸਨ ਨੇ ਨਹੀਂ ਕੀਤੀ, ਫਿਰ ਅਸੀਂ ਮੌਕੇ ਦੇ ਐਮ ਐਲ ਸਾਹਿਬ ਉਹਨਾਂ ਕੋਲ ਪਹੁੰਚੇ, ਉਹਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ, ਫਿਰ ਸਾਡੇ ਹੁਣ ਅੱਜ ਅਸੀਂ ਉੱਥੇ ਨਕਵਾਰੀ ਲਵਾਈ ਹੋਈ ਸੀ, ਸਾਡੀ ਸੁਣਵਾਈ ਨਹੀਂ ਹੁੰਦੀ, ਮੇਰੇ ਬਾਅਦ ਪਿੱਛੇ ਉਹਨਾਂ ਨੇ ਫਿਰ ਮੇਰਾ ਝੋਨਾ ਵਾਹ ਦਿੱਤਾ, ਮੈਨੂੰ ਇਨਸਾਫ ਨਹੀਂ, ਮੈਂ ਜੀ ਥੱਲੇ ਨਹੀਂ ਉਤਰੂੰਗੀ, ਅੱਜ ਮੈਂ ਮਰ ਜਾਊਂਗੀ ਪਰ ਮੈਂ ਥੱਲੇ ਨਹੀਂ ਜਾਊਂਗੀ। ਕਿੰਨੀ ਪੈਲੀ ਕਿੰਨੀ ਹੈ? ਮੇਰੇ
ਸਾਡੇ ਕੋਲ ਜੀ ਉੱਥੇ 3 ਕਿੱਲੇ ਸੀ ਜਿਹੜੀ ਸਾਂਝੀ ਪੈਲੀ ਸੀਗੀ ਮੇਰਾ ਬਿਲਕੁਲ ਨਾਲ ਛੱਲਰ ਦੇ ਨਾਲ ਮੇਰਾ ਕਬਜ਼ਾ ਹੈ ਇਹ ਉਹ ਵੇਚਣੀ ਚਾਹੁੰਦੀ ਸੀ ਮੈਂ ਉਹਨਾਂ ਨੂੰ ਬੋਲਿਆ ਸੀ ਜਿੱਥੇ ਤੁਹਾਡਾ ਕਬਜ਼ਾ ਉੱਥੋਂ ਵੇਚ ਲਓ ਛੱਲਰ ਵਾਲੇ ਜ਼ਿਆਦਾ ਰੁਪਈਏ ਦਿੰਦੇ ਸੀਗੇ 26 ਲੱਖ ਰੁਪਈਆ ਦਿੰਦੇ ਸੀ ਇਹਨਾਂ ਦੀ ਪੈਲੀ ਦਾ ਰੇਟ 12 ਲੱਖ ਲੱਗਦਾ ਸੀਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਕਹਿੰਦੇ ਇੱਥੋਂ ਕਬਜ਼ਾ ਛੱਡ ਮੈਂ ਨਹੀਂ ਛੱਡਿਆ ਮੇਰਾ ਜੀ ਜਿਹੜਾ ਮੇਰਾ ਤਵਾਦਾ 9 ਸਾਲ ਦਾ ਪਹਿਲਾਂ ਮੈਂ ਉਸ ਗੰਦੀ ਜ਼ਮੀਨ 'ਚ 35 ਸਾਲ ਦੀ ਰਹਿੰਦੀ ਪਈ ਹਾਂ ਫਿਰ ਮੈਂ ਆਪਣੇ ਦਿਓਰ ਸਾਡਾ ਇੱਕ ਸਿੱਧੜਾ ਉਹਦੇ ਨਾਲ ਮੈਂ ਤਬਾਦਲਾ ਕਰ ਲਿਆ ਸੀ ਉਹਨੂੰ ਮਾੜੀ ਜ਼ਮੀਨ ਦੇ ਕੇ ਇਹਨਾਂ ਨੇ 6 ਹਿੱਸੇ ਕਰ ਲਈ 7 ਭਰਾ ਹੈ ਮੇਰੇ ਦਿਓਰ ਜੇਠ ਅਤੇ ਇਹਨਾਂ ਨੇ 6 ਹਿੱਸੇ ਕਰ ਲਈ ਅੱਧਾ ਅੱਧਾ ਕਿੱਲਾ ਪੈਲੀ ਵੰਡੀ ਹੋਈ ਆ ਮੇਰਾ ਬਿਲਕੁਲ ਸ਼ੈਲਰ ਦੀ ਕੰਧ ਨਾਲ ਤਬਾਦ ਕੀਤਾ ਹੋਇਆ ਕਰਜ਼ਾ ਮੇਰਾ ਉੱਥੇ ਵੇਖ ਵੀ ਸਕਦੇ ਤੁਸੀਂ ਇਸ ਚੀਜ਼ ਦੀ ਮੈਂ ਇਨਕੁਆਇਰੀ ਲਵਾਈ ਸੀਗੀ ਕਿ ਜਾ ਕੇ ਮੌਕੇ 'ਤੇ ਵੇਖ ਕੇ ਇਹਨਾਂ ਨੂੰ ਸਾਫ਼ ਦਵਾਇਆ ਜਾਵੇ ਪਰ ਇਹ ਇਨਕੁਆਇਰੀ ਤੋਂ ਮੈਂ ਉੱਥੇ ਗਈ ਅਤੇ ਇਹਨਾਂ ਨੇ ਮੇਰਾ ਝੂਠਾ ਵਾ ਦਿੱਤਾ ਜੀ ਮਗਰੋਂ ਮੌਕੇ 'ਤੇ ਵੇਖ ਸਕਦੇ ਮੇਰਾ ਝੂਠਾ ਵਾਇਆ ਹੋਇਆ 3 ਟਰੈਕਟਰ ਵਗੇ ਆ ਜੀ ਮੌਕੇ 'ਤੇ ਪ੍ਰਸ਼ਾਸਨ ਦੀਆਂ ਵੀ ਮਿੰਨਤਾਂ ਕੀਤੀਆਂ ਮੈਂ ਹਰ ਇੱਕ ਦੀਆਂ ਮੇਰਾ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਪਰ ਅੱਜ ਮੈਂ ਅੱਕ ਕੇ ਕੰਮ ਕਰਨ ਲੱਗੀ ਮੈਂ ਨਹੀਂ ਰਹੂੰਗੀ ਜੀ ਜੇ ਮੈਨੂੰ ਇਨਸਾਫ ਮਿਲੂਗਾ ਮੈਂ ਉਤਰਨਾ ਨਹੀਂ ਤੇ ਮੈਂ ਇੱਥੇ ਤੁਹਾਡੇ ਸਾਹਮਣੇ ਸੜ ਜਾਊਂਗੀ ਜੀ ਆਪਣੇ ਆਪ 'ਤੇ ਤੇਲ ਪਾ ਕੇ ਥੱਲੇ ਨਹੀਂ ਜਾਊਂਗੀ ਜੀ ਮੈਂ ਮੇਰਾ ਹੱਕ ਖੋਲਿਆ ਜੀ ਇਹਨਾਂ ਨੇ ਇਹਨਾਂ ਦੇ ਨਾਲ ਜ਼ਮੀਨ ਦਾ ਪਰਿਵਾਰਕ ਜ਼ਮੀਨ ਦਾ ਝਗੜਾ ਚੱਲ ਰਿਹਾ ਜੀ ਉਹ ਜਿਹੜੀ ਦੂਜੀ ਪਾਰਟੀ ਵਾਲੇ ਉਹਨਾਂ ਨੇ ਇਹਨਾਂ ਦਾ ਝੋਨਾ ਵਾ ਦਿੱਤਾ ਸੀਗਾ ਅਤੇ ਇਹ ਰੌਲਾ ਵਾ ਅਤੇ ਇਸ ਆਪਣੀ ਇਨਸਾਫ ਦੀ ਲਈ ਇਹ ਚੜੇ ਹੋਏ ਆ ਹੁਣ ਇਹਨਾਂ ਨੇ ਅਸੀਂ ਵਿਸ਼ਵਾਸ ਦਵਾਇਆ ਵਾ ਕਿ ਆਪਣਾ ਬਿਆਨ ਲਿਖਾਉਣ ਬਿਆਨ ਲਿਖਣ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆ ਦਿੱਤੀ ਜਾਵੇਗੀ ਸਰ ਪਹਿਲਾਂ ਵੀ 2 ਵਾਰ ਝੋਨਾ ਵਾਇਆ ਗਿਆ ਇਹਨਾਂ ਦਾ ਪਹਿਲਾਂ ਵੀ ਝੋਨਾ ਵਾਇਆ ਜਾਣ ਤੇ ਇਹਨਾਂ ਦੀ ਨਾ FIR ਰਜਿਸਟਰ ਹੋ ਚੁੱਕੀ ਹੈ ਦੋਨਾਂ ਘਰਾਂ ਦੀ FIR ਦਰਜ ਹੋਈ ਆ ਜਿਨ੍ਹਾਂ ਦੀ ਇਨਕੁਆਇਰੀ ਸਾਡੇ ਉੱਥੇ ਸੀਨੀਅਰ ਅਫਸਰਾਂ ਕੋਲੇ ਚੱਲ ਰਹੀ ਹੈ ਸਰ ਅੱਜ ਪਤਾ ਲੱਗਿਆ ਇਹਨਾਂ ਤੋਂ ਮਾਤਾ ਨੇ ਦੱਸਿਆ ਕਿ ਬੁਲਾਇਆ ਗਿਆ ਸੀ ਇਹਨਾਂ ਨੂੰ ਇਨਕੁਆਇਰੀ ਲਈ ਬਾਅਦ ਵਿੱਚ ਵਾਇਆ ਗਿਆ ਸ਼ਾਇਦ ਉਹਨਾਂ ਨੇ ਸੋਚਿਆ ਹੋਵੇ ਵੀ ਸ਼ਾਇਦ ਮਾਤਾ ਜਿੱਥੇ ਇਹ ਪਰਿਵਾਰ ਇੱਥੇ ਨਹੀਂ ਹੈਗਾ ਸ਼ਾਇਦ ਤਾਂ ਉਹਨਾਂ ਨੇ ਮਗਰੋਂ ਇਹ ਹਰਕਤ ਕੀਤੀ ਹੋਊਗੀ ਜੀ ਉਹ ਜੋ ਆਪਣਾ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਜੀ ਪਹਿਲਾਂ ਵੀ ਉਹਨਾਂ ਦੇ ਕੋਈ ਪਰਚਾ ਹੋਇਆ ਵਿਆ ਹਾਂ ਪਹਿਲਾਂ ਦੋਨਾਂ ਘਰਾਂ ਦੇ ਉੱਤੇ ਪਰਚੇ ਦਰਜ ਹੋਏ ਹੋਏ ਆ ਜੀ ਇਹਨਾਂ ਦੇ ਸਰੋਂ ਤੁਹਾਡੇ ਵੱਲੋਂ ਕੀ ਵਿਸ਼ਵਾਸ ਦਵਾਇਆ ਗਿਆ ਇਹਨਾਂ ਵਿਸ਼ਵਾਸ ਇਹੀ ਦਵਾਇਆ ਗਿਆ ਮਾਤਾ ਜੀ ਨੂੰ ਜੋ ਪ੍ਰੋਬਲਮ ਆਪਣਾ ਬਿਆਨ ਲਿਖਾਉਣਗੇ ਅਸੀਂ ਉਹਦੇ ਮੁਤਾਬਕ ਬਣਦੀ ਕਾਰਵਾਈ ਕਰ ਦਿਆਂਗੇ ਜੀ ਪ੍ਰਸ਼ਾਸਨ ਨੇ ਮਾਤਾ ਦੀਆਂ ਬਹੁਤ ਹੀ ਮਿਹਨਤਾਂ ਕੀਤੀਆਂ ਕਿ ਮਾਤਾ ਜੀ ਥੱਲੇ ਆ ਕੇ ਆਪਣਾ ਬਿਆਨ ਲਿਖਾਓ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਵੀ ਟਰੈਕਟਰ ਨਾਲ ਤੁਹਾਡੀ ਜਿਹੜੀ ਜ਼ਮੀਨ ਵਾਹੀ ਸੀ ਉਹ ਟਰੈਕਟਰ ਆਲਰੇਡੀ ਥਾਣੇ ਦੇ ਵਿੱਚ ਹੈ ਆਪਾਂ ਅੱਗੇ ਵੇਖਣਾ ਇਹ ਹੈ ਕਿ ਮਾਤਾ ਜੀ ਅਤੇ ਪ੍ਰਸ਼ਾਸਨ ਦੇ ਵਿਚਕਾਰ ਕੀ ਗੱਲਬਾਤ ਹੁੰਦੀ ਆ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਕਹਾਣੀ ਦੱਸਾਂਗੇ ਤੁਸੀਂ ਵੇਖਿਆ ਕਿ ਕਹਿੰਦੇ ਹੁੰਦੇ ਆ ਹਾਰ ਕੇ ਬੰਦੇ ਨੂੰ ਅੱਕ ਚੱਬਣਾ ਪਿਆ ਇਹ ਗੱਲ ਹੈ ਕਿ ਇਸ ਦੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਇਸ ਕਰਕੇ ਇਹਨਾਂ ਨੂੰ ਇਹ ਕਦਮ ਚੱਕਣਾ ਪਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਇਹੋ ਜਿਹੀਆਂ ਘਟਨਾਵਾਂ ਹੋਣ ਤੋਂ ਪਹਿਲਾਂ ਹੀ ਇਹੋ ਜਿਹੀਆਂ ਗੱਲਾਂ ਸੋਚਣੀਆਂ ਚਾਹੀਦੀਆਂ ਕਿ ਅੱਗੇ ਕਿਸੇ ਨਾਲ ਇਹੋ ਜਿਹੀ ਘਟਨਾ ਨਾ ਵਾਪਰੇ ਇਸ ਬਾਰੇ ਤੁਸੀਂ ਕੀ ਕਹੋਗੇ ਆਪਣਾ ਇੱਕ ਕਮੈਂਟ ਜ਼ਰੂਰ ਦੇਣਾ ਜੀ ਨਾਲੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਲੀ ਅਪਡੇਟ ਜਿਹੜੀ ਆਉਣ ਵਾਲੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਜੀ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਬ ਤੱਕ ਰੱਬ ਰਾਖਾ।